ਦੁਨੀਆਂ ਦੇ ਜਿਤਨੇ ਧਾਰਮਿਕ ਗ੍ਰੰਥ ਨੇ ਉਹਨਾਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹ ਮਾਣ ਹਾਸਿਲ ਹੈ ਕਿ ਆਪ ਸਾਂਝੀਵਾਲਤਾ ਦੇ ਮੁਜੱਸਮੇ ਨੇ। ਯੂਨੀਵਰਸਲ ਮੈਸੇਜ ਹੈ ਸਾਰੀ ਦੁਨੀਆਂ ਦੀ ਇਨਸਾਨੀਅਤ ਲਈ, ਕਿਸੇ ਇੱਕ ਲਈ ਨਹੀਂ। ਗੁਰੂ ਗ੍ਰੰਥ ਸਾਹਿਬ ਕਿਸੇ ਸੀਮਾ ਵਿੱਚ ਬੱਝਿਆ ਨਹੀਂ ਹੋਇਆ, ਅਸੀਮ ਹੈ। ਕੇਵਲ ਸਿੱਖਾਂ ਤੱਕ ਮਹਿਦੂਦ ਨਹੀਂ, ਪੂਰੀ ਦੁਨੀਆ ਦੀ ਲੁਕਾਈ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਆਪਣੀ ਰਚਨਾ ਵਿੱਚ ਬਾਖੂਬੀ ਨਾਲ ਇਸ ਗੱਲ ਨੂੰ ਬਿਆਨ ਕਰਦੇ ਨੇ, ਜਿਸ ਸ਼ਬਦ ਲਈ ਹੁਕਮ ਹੈ, ਐਵੇਂ ਦੁਨੀਆ ਦੇ ਅਣਜਾਣ ਲੋਕ, ਘੁੰਮਣੇ ਲੋਕ, ਭਟਕੇ ਲੋਕ ਅਲੱਗ ਅਲੱਗ ਤਰ੍ਹਾਂ ਦੀਆਂ ਬੋਲੀਆਂ ਬੋਲ ਕੇ ਵੰਡੀਆਂ ਪਾਈ ਫਿਰਦੇ ਨੇ। ਕੁਝ ਵੀ ਕਰ ਲਓ, ਮਾਲਕ ਇੱਕ ਹੈ। ਨਾਮ ਵੱਖਰੇ ਵੱਖਰੇ ਨੇ, ਪਰ ਉਹ ਤਾਕਤ ਜੋ ਕਰਤਾ ਪੁਰਖ ਹੈ, ਜਿਸਦਾ ਕੋਈ ਸਾਨੀ ਨਹੀਂ, ਸ਼ਰੀਕ ਨਹੀਂ, ਕੇਵਲ ਇੱਕ ਹੈ। ਗੁਰੂ ਅਰਜਨ ਦੇਵ ਜੀ ਦੀ ਰਚਨਾ ਉਪਰੰਤ ਸਮਾਪਤੀ। ਕੋਈ ਬੋਲੇ ਰਾਮ ਰਾਮ, ਕੋਈ ਪੋਦਾਏ, ਕੋਈ ਬੋਲੇ ਰਾਮ ਰਾਮ, ਕੋਈ ਪੋਦਾਏ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਈ, ਕੋਈ ਸੇਵਾ ਗੁਸਈਆ, ਕੋਈ ਸੇਵਾ ਗੁਸਈਆ, ਕੋਈ ਅੱਲਾ, ਕੋਈ ਬੋਲੇ ਰਾਮ ਰਾਮ, ਕਿਰਪਾ ਧਾਰੂ ਰਹੀਮ, ਕਾਰਨ ਕਰਨੂ ਕਰੀਮ, ਕਿਰਪਾ ਧਾਰੂ ਰਹੀਮ, ਕੋਈ ਬੋਲ ਰਾਮ ਰਾਮ, ਕੋਈ ਉਦਾਏ, ਕੋਈ ਬੋਲ ਰਾਮ ਰਾਮ, ਕੋਈ ਨਾਵੈ ਤੀਰਥ, ਕੋਈ ਹੱਜ ਜਾਏ, ਕੋਈ ਨਾਵੈ ਤੀਰਥ, ਕੋਈ ਹੱਜ ਜਾਏ, ਕੋਈ ਕਰੇ ਪੂਜਾ, ਕੋਈ ਕਰੇ ਪੂਜਾ, ਕੋਈ ਸਿਰ ਨਿਵਾਏ, ਕੋਈ ਬੋਲ ਰਾਮ ਰਾਮ,
कोई बोल राम राम कोई खुदा कोई पड़े बेत कोई कतेब कोई उठे नीर कोई उठे नीर कोई सफेद कोई बोल राम कोई बोल राम कोई खुदाई कोई कहे तुर्क कोई कहे कोई पांच पिस कोई पांच पिस कोई सूर गंदो कोई बोल राम राम कोई खुदाए कोई बोल राम राम कोई खुदाए कोई सेवा गुजरा कोई सेवा गुसैया कोई अल्लाह कोई बोल राम कोई खुदा कोई बोल राम कोई खुदा कहो नानक जिन हुक्म पुछता प्रभ साहिब का प्रभ साहिब का तिन भेद जाता कोई बोल राम राम कोई खुदाई कोई बोल राम राम कोई खुदाई कोई सेवा कुसैया कोई सेवा कुसैया कोई अल्लाह कोई बोल राम कोई बोल राम कोई खुदाए कोई बोल राम बोले कोई बोल राम राम सबे घट राम बोले रामा बोले राम बिना को बोले रे सेवा गुसैया
ਬਣਾਏ ਕੋਈ ਖੁਦਾ